ਸਿੱਖ ਉਹ ਜਿਹਦੇ ਅੰਦਰ ਪੰਜ ਬਾਣੀਆਂ ਗੂੰਜਦੀਆਂ, ਮੂਲ ਮੰਤਰ ਗੂੰਜਦਾ ਹੈ, ਗੁਰੂ ਮੰਤਰ ਗੂੰਜਦਾ ਹੈ। ਸਿੰਘ ਉਹ ਜਿਹਦੇ ਤਨ ਦੇ ਉੱਤੇ ਪੰਜ ਕਕਾਰ ਹੈ। ਸਿੰਘ ਹੋਣਾ ਸਾਡਾ ਬਾਹਰ ਦਾ ਰੂਪ ਹੈ, ਸਿੱਖ ਹੋਣਾ ਸਾਡੀ ਬੁਨਿਆਦ ਹੈ, ਫਾਊਂਡੇਸ਼ਨ ਹੈ, ਬੁਨਿਆਦ। ਜੈਸੇ ਮਕਾਨ ਦਿਖਾਈ ਦਿੰਦਾ, ਬੁਨਿਆਦ ਨਹੀਂ ਦਿਖਾਈ ਦਿੰਦੀ, ਦਰਖਤ ਦਿਖਾਈ ਦਿੰਦਾ, ਜੜ ਨਹੀਂ ਦਿਖਾਈ ਦਿੰਦੀ, ਸਰੀਰ ਦਿਖਾਈ ਦਿੰਦਾ, ਆਤਮਾ ਨਹੀਂ ਦਿਖਾਈ ਦਿੰਦੀ, ਸੰਸਾਰ ਦਿਖਾਈ ਦਿੰਦਾ, ਨਿਰੰਕਾਰ ਨਹੀਂ ਦਿਖਾਈ ਦਿੰਦਾ। ਪਰ ਜੜਾਂ ਦਾ ਜੋ ਪ੍ਰਗਟ ਹਿੱਸਾ ਹੈ ਉਹ ਦਰਖਤ ਹੈ, ਤੇ ਦਰਖਤ ਦਾ ਜੋ ਗੁਪਤ ਹਿੱਸਾ ਹੈ ਉਸਦੀਆਂ ਜੜਾਂ ਨੇ। ਮਕਾਨ ਦਾ ਜੋ ਗੁਪਤ ਹਿੱਸਾ ਹੈ ਉਸਦੀ ਬੁਨਿਆਦ ਹੈ, ਤੇ ਬੁਨਿਆਦ ਦਾ ਜੋ ਪ੍ਰਗਟ ਹਿੱਸਾ ਹੈ ਉਹ ਮਕਾਨ ਹੈ। ਸਰੀਰ ਦਾ ਜੋ ਗੁਪਤ ਹਿੱਸਾ ਹੈ ਉਹ ਆਤਮਾ ਹੈ, ਤੇ ਆਤਮਾ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ। ਸੰਸਾਰ ਦਾ ਜੋ ਗੁਪਤ ਹਿੱਸਾ ਹੈ ਉਹ ਨਿਰੰਕਾਰ ਹੈ, ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ ਹੈ। ਸਿੱਖ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਿੰਘ ਹੈ, ਤੇ ਸਿੰਘ ਦਾ ਜੋ ਗੁਪਤ ਹਿੱਸਾ ਹੈ ਉਹ ਸਿੱਖ ਹੈ। ਸਾਰੀ ਦੁਨੀਆ ਵਿੱਚ ਅਸੀਂ ਦੋ ਨਾਵਾਂ ਕਰਕੇ ਜਾਣੇ ਜਾਂਦੇ ਹਾਂ, ਸਿੱਖ ਕਰਕੇ, ਸਿੰਘ ਕਰਕੇ। ਸਿੱਖ ਨਾਮ ਦਿੱਤਾ ਹੈ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਸਿੰਘ ਨਾਮ ਦਿੱਤਾ ਹੈ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਵਿਦਵਾਨ ਦਾਸ ਦੀ ਸਮਝ ਦੇ ਮੁਤਾਬਕ ਸਿੰਘ ਸਾਡਾ ਤਖੱਲੁਸ ਹੈ, ਸਿੱਖ ਸਾਡਾ ਨਾਮ ਹੈ, ਕੌਮੀ ਸਾਡਾ ਕੌਮੀ ਨਾਮ, ਸਿੱਖ ਸਾਡਾ ਕੌਮੀ ਤਖੱਲੁਸ, ਉਪਨਾਮ ਸਰਨੇਮ ਸਿੰਘ, ਸਿੱਖ ਸਿੰਘ। ਸਾਰੀ ਦੁਨੀਆ ਚ ਅਸੀਂ ਇਹਨਾਂ ਦੋ ਨਾਮਾਂ ਕਰਕੇ ਜਾਣੇ ਜਾਂਦੇ ਹਾਂ, ਸਿੱਖ ਸਿੰਘ। ਸਿੱਖ ਬੁਨਿਆਦ ਹੈ, ਸਿੰਘ ਤਾਮੀਰ ਹੈ, ਸਿੱਖ ਜੜਾਂ ਨੇ, ਸਿੰਘ ਦਰਖਤ ਹੈ। ਕਈ ਮੈਨੂੰ ਕਹਿਣ ਲੱਗ ਪੈਂਦੇ ਨੇ, ਗਹਿਣੇ ਜੀ ਅੰਦਰੋਂ ਸਿੱਖੀ ਚਾਹੀਦੀ ਹੈ, ਬਾਹਰ ਦੀ ਗੱਲ ਛੱਡੋ। ਤੇ ਜੇ ਅੰਦਰ ਜੜਾਂ ਹਰੀਆਂ ਭਰੀਆਂ ਹੋਣ ਤੇ ਬਾਹਰ ਤੇ ਆਪਣੇ ਆਪ ਪੱਤੇ ਆਉਂਦੇ ਨੇ, ਸ਼ਾਖਾਂ ਆਉਂਦੀਆਂ ਨੇ। ਬਾਹਰ ਦਾ ਰੁੰਡ ਮੁੰਡ ਦੱਸਦਾ ਪਿਆ, ਜੜਾਂ ਉਜੜ ਗਈਆਂ ਨੇ, ਜੜਾਂ ਸੁੱਕ ਗਈਆਂ, ਪੱਤੇ ਰਹੇ ਨਹੀਂ, ਸ਼ਾਖਾਂ ਸੁੱਕ ਗਈਆਂ, ਇਸ ਗੱਲ ਦਾ ਸਬੂਤ ਹੈ ਜੜਾਂ ਕਿੱਥੇ ਰਹੀਆਂ ਨੇ। ਅੰਦਰੋਂ ਆਉਂਦੀ ਤੇ ਬਾਹਰੋਂ ਜ਼ਰੂਰ ਪੁੱਟਣੀ ਸੀ। ਜੜਾਂ ਹਰੀਆਂ ਆਉਂਦੀਆਂ ਤੇ ਬਾਹਰ ਹਰੇ ਪੱਤੇ ਫੁੱਲ ਫਲ ਜ਼ਰੂਰ ਲੱਗਣੇ ਸਨ। ਸਿੰਘ ਹੋਣਾ ਸਾਡਾ ਬਾਹਰ ਦਾ ਸਰੂਪ, ਸਿੱਖ ਹੋਣਾ ਸਾਡੀ ਅੰਦਰ ਦੀ ਬੁਨਿਆਦ। ਬੁਨਿਆਦ ਰੱਖਣ ਵਿੱਚ ਬੜਾ ਸਮਾਂ ਲੱਗਾ, ਗੁਰੂ ਨਾਨਕ ਨੂੰ ਨੌ ਰੂਪ ਧਾਰਨ ਕਰਨੇ ਪਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ। ਇੱਕ ਲੰਬੀ ਚੌੜੀ ਕਥਾ ਹੈ ਜੋ ਗੁਰੂ ਪ੍ਰਤਾਪ ਸੂਰਜ ਵਿੱਚ ਲਿਖੀ ਹੈ, ਤੇ ਦਾਸ ਨੇ ਆਪਣੇ ਢੰਗ ਨਾਲ ਵਿਚਾਰ ਕੀਤੀ ਹੈ, ਪਰ ਸਮੇਂ ਨੂੰ ਮੁੱਖ ਰੱਖਣਾ ਪੈਂਦਾ। ਇਹ ਖੁੱਲੀਆਂ ਵਿਚਾਰਾਂ ਤੇ ਫਿਰ ਕਿਸੇ ਵਕਤ ਆਪ ਜੀ ਦੇ ਸਾਹਮਣੇ ਲੜੀਵਾਰ ਰੱਖਾਂਗੇ, ਇਸ ਵਕਤ ਮੁਖਤਸਰ। ਸਿੱਖ ਸਾਡਾ ਗੁਪਤ ਹਿੱਸਾ ਹੈ, ਸਿੰਘ ਸਾਡਾ ਪ੍ਰਗਟ ਹਿੱਸਾ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਪ੍ਰਮਾਤਮਾ ਦੇ ਵੀ ਦੋ ਨਾਮ ਨੇ, ਨਿਰਗੁਣ ਸਰਗੁਣ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਆਧਾਰ ਜਿਨ ਸਗਲੀ ਮੋਹੀ। ਜੋ ਦਿਖਾਈ ਦੇ ਰਿਹਾ ਉਹ ਸਰਗੁਣ ਹੈ, ਜੋ ਦਿਖਾਈ ਨਹੀਂ ਦਿੰਦਾ ਉਹ ਨਿਰਗੁਣ ਹੈ। ਦੋ ਰੂਪ ਸਾਡੇ ਵੀ, ਦੋ ਰੂਪ ਸਿੱਖ ਤੇ ਸਿੰਘ, ਤੇ ਹੁਣ ਮੈਂ ਅਰਜ਼ ਕਰਾਂ ਗੁਰੂ ਦੇ ਵੀ ਦੋ ਰੂਪ, ਇੱਕ ਨਹੀਂ ਹੈ, ਗੁਰੂ ਦੇ ਵੀ ਦੋ ਰੂਪ। ਪ੍ਰਾਚੀਨ ਕਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਖੰਡਾ, ਸ੍ਰੀ ਸਾਹਿਬ ਜਾਂ ਬਰਛਾ ਕੁਛ ਨਾ ਕੁਛ ਰੱਖ ਦਿੰਦੇ ਸਨ। ਮੈਂ ਪਹਿਲੇ ਸਮਝਦਾ ਸੀ ਸਜਾਵਟ ਹੈ, ਬਿਲਕੁਲ ਸਜਾਵਟ। ਤਮਾਮ ਅਸਥਾਨਾਂ ਵਿੱਚ, ਡੇਰਿਆਂ ਵਿੱਚ, ਆਸ਼ਰਮਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਇੱਕ ਸ੍ਰੀ ਸਾਹਿਬ ਰੱਖ ਦਿੱਤੀ, ਜਾਂ ਇੱਕ ਖੰਡਾ ਰੱਖ ਦਿੱਤਾ, ਜਾਂ ਕੋਈ ਤੀਰ ਰੱਖ ਦਿੱਤੇ, ਦੋ ਇਸ ਤਰ੍ਹਾਂ ਆਮ ਗੁਰਦੁਆਰਿਆਂ ਦੇਖਣ ਨੂੰ ਮਿਲਦਾ ਹੈ ਤਮਾਮ ਭਾਰਤ ਦੇ ਵਿੱਚ। ਮੈਂ ਸਮਝਦਾ ਸੀ ਇਹ ਸਜਾਵਟ ਹੈ, ਲੇਕਿਨ ਆਪ ਦੀ ਗਿਆਤ ਲਈ ਅਰਜ਼ ਕਰਾਂ, ਇਹ ਸਮਝ ਮੈਨੂੰ ਵੀ ਸੰਨ 84 ਚ ਪਈ ਹੈ, ਉਸ ਤੋਂ ਪਹਿਲੇ ਨਹੀਂ। ਹਾਲਾਤ ਕੁਝ ਇਸ ਢੰਗ ਦੇ ਬਣੇ, ਮੈਨੂੰ ਕਾਫੀ ਕੁਝ ਠੋਕਰਾਂ ਖਾਣੀਆਂ ਪਈਆਂ, ਤੇ ਮੈਂ ਉਹਨਾਂ ਦਿਨਾਂ ਚ ਜਾ ਕੇ ਹਜ਼ੂਰ ਸਾਹਿਬ 15-20 ਦਿਨ ਰਹਿਣਾ ਜੋ ਹੈ ਬਣਾ ਲਿਆ, ਵੀ ਇੱਥੇ ਰਹਿੰਦੇ ਹਾਂ 15-20 ਦਿਨ।
ਪ੍ਰਬੰਧਕਾਂ ਨੇ ਹੁਕਮ ਕਰ ਦਿੱਤਾ ਵੀ ਤੁਸੀਂ ਇਤਨੇ ਦਿਨ ਰਹਿਣਾ ਤੇ ਸਵੇਰੇ ਕਥਾ ਜ਼ਰੂਰ ਕਰੋ। ਭਾਵੇਂ ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਨਹੀਂ, ਮੈਨੂੰ ਰੈਸਟ ਕਰਨ ਦੇ, ਮੈਂ ਆਇਆ ਉਂਝ ਆਰਾਮ ਕਰਨਾ। ਪਿਛੋਕੜ ਗੱਲ ਦਾ ਉਹਨਾਂ ਵਿਚਾਰਿਆਂ ਨੂੰ ਨਾ ਪਤਾ ਤਾਂ ਮੈਂ ਕਥਾ ਫਿਰ ਸ਼ੁਰੂ ਕਰ ਦਿੱਤੀ। ਜਿਹੜੇ ਸੱਜਣ ਤੁਹਾਡੇ ਵਿੱਚੋਂ ਹਜ਼ੂਰ ਸਾਹਿਬ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਉੱਥੋਂ ਦੀ ਮਰਿਆਦਾ ਦਾ। ਅੰਦਰ ਜੋ ਅੰਗੀਠਾ ਸਾਹਿਬ ਹੈ ਉੱਥੇ ਸ਼ਸਤਰਾਂ ਦੀ ਸਜਾਵਟ ਹੈ, ਸ਼ਸਤਰ। ਅੰਮ੍ਰਿਤ ਵੇਲੇ ਕੀਰਤਨ ਆਰੰਭ ਹੋ ਜਾਂਦਾ ਹੈ ਔਰ ਗਾਲਬਨ 6:15 ਵਜੇ ਦਰਵਾਜ਼ੇ ਖੁੱਲ੍ਹਦੇ ਨੇ। ਜੈਸੇ ਦਰਵਾਜ਼ੇ ਖੁੱਲ੍ਹਦੇ ਨੇ ਪਹਿਲੇ ਨਗਾਰੇ ਵੱਜਦੇ ਨੇ ਔਰ ਸੰਗਤਾਂ ਪਰਿਕਰਮਾ ਕਰਦੀਆਂ ਨੇ, ਬਾਰ ਬਾਰ ਪਰਿਕਰਮਾ ਕਰਦੀਆਂ ਨੇ। ਵਾਰੀ ਵਾਰੀ ਗੇਟ ਖੁੱਲ੍ਹਦੇ ਨੇ, ਪਹਿਲਾ, ਦੂਜਾ, ਤੀਜਾ, ਚੌਥਾ, ਇਸ ਤਰ੍ਹਾਂ ਵਾਰੀ ਵਾਰੀ ਦਰਵਾਜ਼ੇ ਖੁੱਲ੍ਹਦੇ ਨੇ ਔਰ ਸੰਗਤਾਂ ਪਰਿਕਰਮਾ ਕਰਦੀਆਂ ਨੇ ਤੇ ਚਾਰੇ ਦਰਵਾਜ਼ਿਆਂ ਤੇ ਮੱਥਾ ਟੇਕ ਕੇ ਫਿਰ ਅਰਦਾਸ ਹੁੰਦੀ ਹੈ, ਫਿਰ ਸੰਗਤਾਂ ਬੈਠਦੀਆਂ ਨੇ, ਹੁਕਮਨਾਮਾ ਆਉਂਦਾ, ਫਿਰ ਰਾਗੀ ਸਿੰਘ ਬਦਲ ਜਾਂਦੇ ਨੇ, ਦੂਜਾ ਜੱਥਾ ਬੈਠਦਾ, ਉੱਥੋਂ ਦੀ ਇਹ ਮਰਿਆਦਾ। ਔਰ ਉਸ ਜੱਥੇ ਦੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਥਾ ਹੁੰਦੀ ਹੈ, ਉਦਾਸ ਕਰਦਾ ਰਿਹਾ ਸੀ। ਮੈਂ ਇੱਕ ਦਿਨ ਜਦ ਅੰਮ੍ਰਿਤ ਵੇਲੇ ਬੈਠਾ ਜਾਣਾ ਰੋਜ਼ ਆਉਂਦਾ ਸੀ, ਉਹ ਜਿਉਂ ਪਰਿਕਰਮਾ ਹੋਈ, ਜੈਸੇ ਮੈਂ ਪਰਿਕਰਮਾ ਆਰੰਭ ਕੀਤੀ ਤੇ ਦਰਵਾਜ਼ਾ ਖੁੱਲ੍ਹਾ, ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕੀਤਾ, ਮੈਂ ਵੀ ਰੋਜ਼ ਟੇਕਦਾ ਸੀ, ਪਰ ਅੱਜ ਤਰਕ ਪੈਦਾ ਹੋ ਗਈ। ਮੈਂ ਕਿਤੇ ਸਾਹਮਣੇ ਪਿਸਟਲ ਨੇ, ਟੋਪੀਦਾਰ ਬੰਦੂਕਾਂ ਨੇ, ਬਰਛੇ ਨੇ, ਨੇਜ਼ੇ ਨੇ, ਤਲਵਾਰਾਂ ਨੇ, ਇਹਨਾਂ ਨੂੰ ਮੱਥਾ ਟੇਕੀ, ਇਹ ਕੋਈ ਸਾਡੇ ਗੁਰੂ ਨੇ? ਯਕੀਨ ਜਾਣੋ ਤਰਕ ਬੁੱਧੀ ਦੇ ਮੁਤਾਬਕ ਤਰਕ ਪੈਦਾ ਹੋ ਗਈ, ਅਕਲ ਅੱਗੇ ਆ ਗਈ, ਸ਼ਰਧਾ ਪਿੱਛੇ ਰਹਿ ਗਈ। ਮੈਂ ਕਿਹਾ ਹੱਦ ਹੋ ਗਈ, ਪਿਸਟਲ ਨੂੰ ਕਿਉਂ ਮੱਥਾ ਟੇਕੀਏ ਤੇ ਬੰਦੂਕ ਨੂੰ ਕਿਉਂ ਮੱਥਾ ਟੇਕੀਏ? ਕੋਈ ਸਾਡੀ ਗੁਰੂ? ਇਸ ਤਰ੍ਹਾਂ ਦੀ ਬੜੀ ਪ੍ਰਬਲ ਤਰਕ ਪੈਦਾ ਹੋ ਗਈ ਤੇ ਮੈਂ ਸਾਹਮਣੇ ਖੜਾ ਹੋ ਗਿਆ। ਮੈਂ ਪਰਿਕਰਮਾ ਵੀ ਛੋੜ ਦਿੱਤੀ, ਸੋਚਾਂ ਚ ਪੈ ਗਿਆ ਮਨ। ਉਸ ਵਕਤ ਅਸੀਂ ਸ਼ਬਦ ਦੇ ਪੁਜਾਰੀ ਹਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਵਾਲੇ ਹਾਂ, ਤੇ ਇਹ ਕੀ ਤੀਰਾਂ ਨੂੰ ਮੱਥਾ ਟੇਕਣਾ, ਤਲਵਾਰਾਂ ਨੂੰ ਮੱਥਾ ਟੇਕਣਾ, ਬਰਛਿਆਂ ਨੂੰ ਮੱਥਾ ਟੇਕਣਾ ਔਰ ਛੋਟੀਆਂ ਛੋਟੀਆਂ ਟੋਪੀਦਾਰ ਬੰਦੂਕਾਂ ਨੂੰ ਮੱਥਾ ਟੇਕਣਾ, ਪਿਸਟਲ ਪਏ ਨੇ ਇਹਨਾਂ ਨੂੰ ਮੱਥਾ ਟੇਕਣਾ? ਤਰਕ ਪੈਦਾ ਹੋ ਗਈ। ਪੁਜਾਰੀ ਸਿੰਘ ਵੀ ਸਾਹਮਣੇ ਬੈਠਾ ਮੈਨੂੰ ਦੇਖ ਰਿਹਾ ਸੀ, ਹੱਸ ਵੀ ਪਿਆ ਵੀ ਇਸ ਸਿੰਘ ਦੇ ਅੰਦਰ, ਇਸ ਗਿਆਨੀ ਸਿੰਘ ਦੇ ਅੰਦਰ ਕੋਈ ਤਰਕ ਜ਼ਰੂਰ ਪੈਦਾ ਹੋਈ। ਪਰਿਕਰਮਾ ਹੋਈ, ਅਰਦਾਸਾ ਹੋਇਆ, ਹੁਕਮਨਾਮਾ ਹੋਇਆ, ਸੰਗਤਾਂ ਬੈਠ ਗਈਆਂ, ਮੈਂ ਵੀ ਬੈਠ ਕੇ ਰਾਗੀ ਜੱਥਾ ਬਦਲਿਆ ਤੇ ਰਾਗੀ ਜੱਥੇ ਨੇ ਇਹ ਸ਼ਬਦ ਆਰੰਭ ਕੀਤਾ, ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ ਸਹਿਬ ਸਰੋਈ ਸਹਿਤੀ ਯਹੀ ਹਮਾਰੇ ਪੀਰ। ਇਹ ਖੰਡਾ, ਇਹ ਸਹਿਤੀ, ਇਹ ਤੋਪ, ਇਹ ਬੰਦੂਕ, ਇਹ ਤਲਵਾਰ, ਇਹ ਨੇਜ਼ਾ, ਇਹ ਬਰਛਾ, ਇਹ ਮੇਰੇ ਪੀਰ ਨੇ, ਮੇਰੇ ਗੁਰੂ ਨੇ, ਇਹ ਮੇਰੇ ਮੁਰਸ਼ਦ ਨੇ। ਬਸ ਇਕਦਮ ਦਿਮਾਗ ਸੋਚਾਂ ਚ ਪੈ ਗਿਆ, ਮੁਰਸ਼ਦ, ਪੀਰ, ਬਸ ਉੱਥੋਂ ਹੀ ਖਿਆਲ ਮੇਰੇ ਬਣੇ, ਸਿੱਖ ਦਾ ਜਨਮ ਹੋਇਆ ਸ਼ਬਦ ਦੀ ਵਿਚਾਰ ਤੋਂ, ਸਿੰਘ ਦਾ ਜਨਮ ਹੋਇਆ ਗੁਰੂ ਦੀ ਤਲਵਾਰ ਤੋਂ। ਜਿਸ ਤੋਂ ਜਨਮ ਆਉਂਦਾ ਉਸ ਦਾ ਮੁਰਸ਼ਦ ਆਉਂਦਾ, ਸ਼ਬਦ ਤੋਂ ਜਨਮ ਹੋਇਆ ਸਿੱਖ ਦਾ ਤਾਂ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇਗਾ, ਸ਼ਬਦ ਨੂੰ ਮੱਥਾ ਟੇਕੇਗਾ। ਸਿੰਘ ਦਾ ਜਨਮ ਹੋਇਆ ਸ਼ਸਤਰ ਨੂੰ, ਤੇ ਸ਼ਸਤਰ ਨੂੰ ਮੱਥਾ ਟੇਕੇਗਾ। ਫਿਰ ਮੈਨੂੰ ਸਮਝ ਆਈ ਕਿ ਸਾਰੇ ਗੁਰਦੁਆਰਿਆਂ ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤੀਰ ਕਿਉਂ ਰੱਖਦੇ ਨੇ, ਖੰਡਾ ਕਿਉਂ ਰੱਖਦੇ ਨੇ, ਸ੍ਰੀ ਸਾਹਿਬ ਕਿਉਂ ਰੱਖਦੇ ਨੇ? ਦਰਅਸਲ ਸਿੰਘ ਕਿਸ ਨੂੰ ਮੱਥਾ ਟੇਕੇ? ਸਿੰਘ ਤੇ ਸ਼ਸਤਰ ਨੂੰ ਮੱਥਾ ਟੇਕੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਆਪ ਸਾਰੀ ਥਾਂ ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਔਰ ਜਿਤਨੀ ਬਾਣੀ ਉਹ ਬੇਨਤੀ ਦੇ ਰੂਪ ਵਿੱਚ, ਇੱਕ ਥਾਂ ਤੇ ਕਹਿੰਦੇ ਨੇ ਮੇਰੀ ਬੇਨਤੀ ਨਹੀਂ, ਮੇਰਾ ਹੁਕਮ ਹੈ। ਬੇਨਤੀ ਨਹੀਂ, ਜੋਦੜੀ ਨਹੀਂ, ਹੁਕਮ ਹੈ।
अरे मेरा हुक्म मनना ही पड़ेगा। मैं हैरान सारी बाणी दी बेनती करला जोदड़ी लेकिन एक थां ते कहने नहीं मेरी आ गया ते बचन ने पातशाह दे अहै मोर आ गया सुनो तुम प्यारे बिना शस्त्र के संग देवो ना दीदारे। ते मेरी आ गया ते मेरा हुक्म है बिना शस्त्र ते बिना केस तो मैनू दर्शन ना देने मेरे कोल ना आवना बिल्कुल इनकार तो इन्हां दी महानता तो हुण मैं थोड़े सामने रखनी है बिल्कुल इनकार तो मेरे कोल आई ना गल खत्म। और फिर कहने मेरी जोदड़ी नहीं है कोई मेरी बेनती नहीं है मेरा हुक्म है मनना ही तो गल कर अहै मोर आ गया सुनो तुम प्यारे बिना शस्त्र के संग देवो ना दीदारे। मैं उस वक्त खड़ा हो गया मैं परिक्रमा आरंभ कीतियां जिन्हें पहले परिक्रमा मैं छोड़ दितियां मत्था टेक के दरवाजे ते मैं कहा गुरु मेरे को अवज्ञा हो गई पुल हो गई समझने से भावे अज यह तू मैं समझ दिती है तो अज ही तर्क पैदा हो गई सी मेरे अंदर इस पावन स्थान पर जिथे लोग श्रद्धा लेके आते हैं श्रद्धा वधा के जाते हैं इत्थे ही मेरी श्रद्धा नूं ठेस लगी इत्थे ही मेरे अंदर तर्क पैदा हुई और धन गुरु गोबिंद सिंह ए कलगी दर्पिता तो आप ही इस तर्क नूं दूर किया है और आप ही समझ दिती। मैं परिक्रमा आरंभ की थी ना तो देखने वाले भी हैरान सन जदों परिक्रमा हो रही सी उदों ते कंबख्त खड़ा रहा तो हुण परिक्रमा पिया करदा। मैं चार दफा ही परिक्रमा की थी बार बार मथा टेकया अपनी भूल बख्शाई हां सिंह का गुरु ते शस्त्र है सिख का गुरु शब्द है सिंह का गुरु शस्त्र है सिख का जन्म है शब्द की विचार तो सिंह का जन्म है गुरु की तलवार तो